ਨਾਲੇ ਸਾਰੀਆਂ ਦਰੀਆਂ ਚੁਕਵਾ ਕੇ ਮੇਰੇ ਡੇਰੇ ਤੇ ਭਿਜਵਾ ਦਿਓ। ਓ ਭਲਾਇਆ, ਡੇਰੇ ਦੀਆਂ ਦਰੀਆਂ ਵੀ ਚੁਕਾ ਕੇ ਭੇਜ ਦਿਓ ਬਈ। ਇੱਕ ਗੱਲ ਮੇਰੀ ਹੋਰ ਸੁਣ, ਇਸ ਤੋਂ ਬਾਅਦ ਤੂੰ ਇੱਥੇ। ਅਸਲਾਮ ਅਲੈਕੁਮ ਮੇਰੇ ਭੈਣੋ, ਮੇਰੇ ਭਰਾਓ, ਮੇਰੇ ਵੀਰੋ, ਹੱਸਦੇ ਰਹੋ, ਵਸਦੇ ਰਹੋ, ਜੀਂਦੇ ਰਹੋ। ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਇੱਕ ਦਫ਼ਾ ਫਿਰ ਬੜੀਆਂ ਹੀ ਜ਼ਬਰਦਸਤ ਔਰ ਬੜੀਆਂ ਹੀ ਬਿਹਤਰੀਨ ਦੋ ਫਿਲਮਾਂ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ। ਇੱਕ ਫਿਲਮ ਬਲੈਕ ਐਂਡ ਵਾਈਟ ਏ ਤੇ ਇੱਕ ਫਿਲਮ ਰੰਗੀਨ ਏ। ਜਿਹੜੀ ਬਲੈਕ ਐਂਡ ਵਾਈਟ ਏ ਉਸ ਫਿਲਮ ਦਾ ਨਾਂ ਏ ਆਖਰੀ ਮੁਕਾਬਲਾ। 4 ਨਵੰਬਰ 1977 ਬਰੋਜ ਜਿਮਾ ਰਿਲੀਜ਼ ਹੋਣ ਵਾਲੀ ਇੱਕ ਬਲੈਕ ਐਂਡ ਵਾਈਟ ਪੰਜਾਬੀ ਫਿਲਮ। ਇਸ ਫਿਲਮ ਨੂੰ ਜ਼ਮਰ ਪਿਕਚਰ ਨੇ ਰਿਲੀਜ਼ ਕੀਤਾ ਹੈ। ਇਸ ਫਿਲਮ ਦੇ ਅਦਾਕਾਰ ਸੁਲਤਾਨ ਰਈ, ਨਜਮਾ ਅਕਬਰ, ਖਾਲਸ ਅਲੀ ਮੋਟਾ, ਖਲੀਫਾ ਨਜ਼ੀਰ ਨਾਜ਼ਲੀ ਤੇ ਨਸਰੁੱਲਾ ਭੱਟ। ਇਸ ਫਿਲਮ ਦੇ ਅਦਾਕਾਰ ਖਲੀਫਾ ਸਈਦ ਅਹਿਮਦ, ਫਿਲਮ ਸਾਜ਼ ਸਰਵਰ ਸ਼ਹੀਦ, ਇਹਦੇ ਲਿਖਾਰੀ ਸਕੇਦਾਤ, ਇਹਦਾ ਮਿਊਜ਼ਿਕ ਕੀਤਾ ਹੈ ਕਮਾਲ ਅਹਿਮਦ ਨੇ। ਇਸ ਫਿਲਮ ਦੇ ਸ਼ਾਇਰ ਖਵਾਜਾ ਪਰਵੇਜ਼। ਔਰ ਇਸ ਫਿਲਮ ਨੂੰ ਜ਼ਮਰ ਪਿਕਚਰ ਨੇ ਰਿਲੀਜ਼ ਕੀਤਾ ਹੈ। ਔਰ ਨਾਜ਼ਰੀਨ, ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਜ਼ਮਰ ਪਿਕਚਰ ਦੀਆਂ ਜਿੰਨੀਆਂ ਫਿਲਮਾਂ ਆਉਂਦੀਆਂ ਹਨ, ਜ਼ਿਆਦਾਤਰ ਫਿਲਮਾਂ ਉਹਦੇ ਹੀਰੋ ਅਕਬਰ ਆਉਂਦੇ ਹਨ ਔਰ ਸੁਲਤਾਨ ਰਈ ਆਉਂਦੇ ਨੇ। ਜ਼ਮਰ ਪਿਕਚਰ ਨੇ ਸੁਲਤਾਨ ਰਈ ਤੋਂ ਇਲਾਵਾ ਵੀ ਬਹੁਤ ਸਾਰੇ ਐਕਟਰਾਂ ਨੂੰ ਆਪਣੀ ਫਿਲਮਾਂ 'ਚ ਲਿੱਤਾ, ਲੇਕਿਨ ਜ਼ਿਆਦਾਤਰ ਫਿਲਮਾਂ ਅਕਬਰ, ਸੁਲਤਾਨ ਰਈ ਅਤੇ ਜ਼ਮਰ ਪਿਕਚਰ ਆਪਸ ਵਿੱਚ ਮੁਸ਼ਤਰਕਾ ਇਹਨਾਂ ਦੀਆਂ ਆਉਂਦੀਆਂ ਹਨ। ਔਰ ਜਿਹੜੀ ਆਖਰੀ ਮੁਕਾਬਲਾ ਹੈ, ਆਖਰੀ ਮੁਕਾਬਲਾ ਫਿਲਮ ਬੜੀ ਹੀ ਜ਼ਬਰਦਸਤ ਫਿਲਮ। ਫਿਰ ਕੰਨ ਖੋਲ ਕੇ ਸੁਣੋ ਭੈਣ ਚਿਰਾਗ ਝੰਡੀ, ਤੇਰੀ ਖੈਰੀਅਤ ਸਿੱਜੀ ਹੈ ਕਿ ਇਸ ਮਲਚਰ ਤੇ ਅਫੀਮ ਦਾ ਕਾਰੋਬਾਰ ਬੰਦ ਕਰ ਦੇ, ਨਹੀਂ ਤੇ ਤੇਰੇ ਲਈ ਝੰਡੀ ਪਾੜ ਦੇਣਗੇ ਓਏ। ਮਾਰਸ਼ਲ ਆਰਟ ਦੇ ਮੌਜੂ ਤੇ ਬੁਲਾਈ ਗਈ ਇੱਕ ਜ਼ਬਰਦਸਤ ਫਿਲਮ ਹੈ। ਕਿਉਂਕਿ 1977 ਵਿੱਚ ਬਰੂਸ ਲੀ ਦਾ ਦੌਰ ਹੁੰਦਾ ਸੀ ਔਰ ਮਾਰਸ਼ਲ ਆਰਟ ਨੂੰ ਲੋਕ ਬੜਾ ਹੀ ਪਸੰਦ ਕਰਦੇ ਸਨ। ਸੁਲਤਾਨ ਰਈ ਨੂੰ ਇਸ ਫਿਲਮ ਦੇ ਅੰਦਰ ਮਾਰਸ਼ਲ ਆਰਟ ਦਾ ਚੈਂਪੀਅਨ ਦੱਸਿਆ ਗਿਆ ਹੈ ਔਰ ਅਕਬਰ ਇਸ ਫਿਲਮ ਦਾ ਹੀਰੋ ਵੀ ਹੈ। ਔਰ ਅਕਬਰ ਨੇ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਕੀਤਾ ਹੈ ਨਾਜ਼ਰੀਨ, ਲੇਕਿਨ ਬੈਡ ਲਾ ਕੇ ਉਹ ਅਕਬਰ ਇਤਨਾ ਉੱਭਰ ਕੇ ਸਾਹਮਣੇ ਨਹੀਂ ਆ ਸਕਿਆ। ਬੜੀ ਅੱਛੀਆਂ ਅੱਛੀਆਂ ਫਿਲਮਾਂ ਅਕਬਰ ਔਰ ਜ਼ਮਰ ਪਿਕਚਰ ਨੇ ਰਿਲੀਜ਼ ਕੀਤੀਆਂ। ਔਰ ਇਹ ਜਿਹੜੀ ਫਿਲਮ ਹੈ ਮਾਰਸ਼ਲ ਆਰਟ ਦੇ ਮੌਜੂ ਤੇ ਬੁਲਾਈ ਗਈ ਬੜੀ ਹੀ ਸ਼ਾਨਦਾਰ ਔਰ ਬੜੀ ਹੀ ਜਾਨਦਾਰ ਫਿਲਮ ਸੀ। ਸੁਲਤਾਨ ਇੱਕ ਅਮਨ ਪਸੰਦ ਸ਼ਹਿਰੀ ਹੁੰਦਾ, ਉਹਦਾ ਨਾਮ ਕਾਸਮ ਹੁੰਦਾ ਔਰ ਆਪਣੇ ਮਹੱਲੇ 'ਚੋਂ ਤਮਾਮ ਬੁਰਾਈਆਂ, ਆਪਣੇ ਇਲਾਕੇ 'ਚੋਂ ਤਮਾਮ ਬੁਰਾਈਆਂ ਨੂੰ ਖਤਮ ਕਰਦਾ, ਜੂਏ ਦੇ ਅੱਡੇ ਖਤਮ ਕਰਦਾ ਹੈ। ਬੜੀ ਹੀ ਜ਼ਬਰਦਸਤ ਫਿਲਮ ਹੈ ਔਰ ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ। ਇਹ ਫਿਲਮ ਯੂਟਿਊਬ 'ਤੇ ਮੌਜੂਦ ਨਹੀਂ ਹੈ। ਔਰ ਦੂਜੀ ਜਿਹੜੀ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ, ਆਪਣੇ ਦੌਰ ਦੀ ਸੁਪਰ ਦੁਪਰ ਹਿੱਟ ਫਿਲਮ ਹੈ ਅਤੇ ਉਸ ਫਿਲਮ ਦਾ ਨਾਂ ਹੈ ਸ਼ਾਨ। 23 ਅਪ੍ਰੈਲ 1982 ਬਰੋਜ ਜਿਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਸ਼ਾਨ। ਔਰ ਆਪਣੇ ਦੌਰ ਦੀ ਸੁਪਰ ਦੁਪਰ ਹਿੱਟ ਫਿਲਮ ਸੀ ਔਰ ਇਸ ਫਿਲਮ ਦਾ ਜਿਹੜਾ ਟਾਈਟਲ ਰੋਲ ਹੈ ਅਦਾਕਾਰ ਸੁਲਤਾਨ ਰਈ ਨੇ ਅਦਾ ਕੀਤਾ ਹੈ। ਇਸ ਫਿਲਮ ਦੇ ਅਦਾਕਾਰ ਸੁਲਤਾਨ ਰਈ, ਅੰਜਮਨ, ਮੁਸਤਫਾ ਕੁਰੇਸ਼ੀ, ਮੁਮਤਾਜ਼, ਅਦੀਬ, ਬਹਾਰ, ਅਸਲਮ ਪਰਵੇਜ਼, ਜ਼ੁਬੈਰ, ਹੁਮਾ ਡਾਰ, ਮਜੀਦ ਜ਼ਰੀਫ, ਜੱਗੀ ਮਲਕ, ਅਲਤਾਫ ਖਾਨ, ਚਿੰਗੇਸੀ ਅਤੇ ਖਾਵਰ ਅਬਾਸ। ਹਦਾਇਤ ਐਮ ਅਕਰਮ, ਫਿਲਮ ਸਾਜ਼ ਐਮ ਅਕਰਮ, ਇਹਦੀ ਲਿਖਾਰੀ ਮੁਹੰਮਦ ਕਮਾਲ ਪਾਸ਼ਾ ਅਤੇ ਇਹਦਾ ਮਿਊਜ਼ਿਕ ਦਿੱਤਾ ਹੈ ਨਜ਼ੀਰ ਅਲੀ ਨੇ। ਸ਼ਾਇਰ ਖਵਾਜਾ ਪਰਵੇਜ਼, ਅਜ਼ੀਜ਼ ਕਾਦਰੀ, ਗੁਲਕਾਰ ਨੂਰ ਜਹਾਨ, ਨਾਹੀਦ ਅਖਤਰ, ਮਹਿਦੀ ਹਸਨ ਅਤੇ ਕੈਮਰਾਮੈਨ ਪਰਵੇਜ਼ ਖਾਨ। ਇਹ ਦੋਨੋਂ ਫਿਲਮਾਂ ਯੂਟਿਊਬ 'ਤੇ ਮੌਜੂਦ ਨਹੀਂ ਹਨ, ਆਪਣੇ ਦੌਰ ਦੀਆਂ ਬੜੀਆਂ ਹੀ ਜ਼ਬਰਦਸਤ ਔਰ ਬੜੀਆਂ ਹੀ ਅੱਛੀਆਂ ਫਿਲਮਾਂ। ਅਗਰ ਤੁਹਾਨੂੰ ਕਿਤੇ ਮਿਲ ਜਾਏ ਤੁਸੀਂ ਵੇਖੋਗੇ, ਬੜੀਆਂ ਅੱਛੀਆਂ ਫਿਲਮ, ਬੜੀਆਂ ਜ਼ਬਰਦਸਤ ਫਿਲਮਾਂ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।